ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਹੱਥਾਂ ਦੇ ਸਰੋਂ ਜਮਾ ਰਹੇ ਹਨ ਕਿਉਂਕਿ ਉਹਨਾਂ ਨੇ 20 ਲੀਟਰ ਮੁਫਤ ਪਾਣੀ ਦੇਣ ਦਾ ਵਾਅਦਾ ਕੀਤਾ ਹੈ, ਪਰੰਤੂ 20 ਲੀਟਰ ਪਾਣੀ ਨਾਲ ਤਾਂ ਮੇਰੇ ਜਿਹੇ ਵਿਅਕਤੀ ਦੇ ਕੇਸ ਵੀ ਨਹੀਂ ਧੋਏ ਜਾਂਦੇ। ਕੇਜਰੀਵਾਲ ਨੇ 2-4 ਸਕੂਲ ਤੇ ਹਸਪਤਾਲ ਬਣਾਏ ਹਨ, ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਚੋਣਾਂ ਦੇ ਪ੍ਰਚਾਰ ਦੌਰਾਨ ਰੱਜ ਕੇ ਝੂਠ ਬੋਲ ਕੇ ਆਏ ਹਨ। ਕੇਜਰੀਵਾਲ ਤੇ ਕੈਪਟਨ ਦੀ ਗੱਪਾਂ ਦੀ ਲੜਾਈ ਬੜੀ ਦਿਲਚਸਪ ਬਣੀ ਹੋਈ ਹੈ। ਮੈਂ ਦਿੱਲੀ ਜਾ ਕੇ ਆਇਆ, ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਤਾਂ ਜਿਵੇਂ ਝੂਠੇ ਦੀ ਝੂਠੇ ਨਾਲ ਲੜਾਈ ਹੁੰਦੀ ਆ, ਝੂਠ ਦੀ ਇੱਕ ਜੰਗ ਦਿੱਲੀ ਦੇ ਲੋਕਾਂ ਨੇ ਦੇਖੀ ਸੁਣੀ। ਮਤਲਬ ਇੱਕ ਦੂਜੇ ਤੋਂ ਵੱਡੇ ਆ, ਕੇਜਰੀਵਾਲ ਸਾਹਿਬ ਵੀ ਇਸ ਰਾਜਨੀਤਿਕ ਗਲਿਆਰਿਆਂ ਵਿੱਚ ਛੋਛੇਬਾਜ਼ ਡਰਾਮੇਬਾਜ਼ੀ ਦਾ ਮਾਹਰ ਮੰਨਿਆ ਜਾਂਦਾ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੈਂ ਸਮਝਦਾ ਇਸ ਗੱਲ ਦੀ ਮਹਾਰਤਾ, ਵੈਸੇ ਤਾਂ ਸੋਚੀ ਕਾਂਗਰਸ ਨੂੰ ਮਹਾਰਤਾ ਇਸ ਗੱਲ ਦੀ। ਅਤੇ ਜਦੋਂ ਇਹ ਦਿਲਚਸਪ ਦੇਖਣ ਨੂੰ ਮਿਲਿਆ, ਜਦੋਂ ਕੈਪਟਨ ਸਾਹਿਬ ਦਿੱਲੀ ਜਾ ਕੇ ਕਹਿੰਦੇ ਸੀ ਵੀ ਮੈਂ ਪੰਜਾਬ ਦੇ ਵਿੱਚ 5 ਰੁਪਏ ਯੂਨਿਟ ਬਿਜਲੀ ਦਿੰਦਾ, ਜਦੋਂ ਕੋਈ ਬਿਜਲੀ 12 ਰੁਪਏ ਯੂਨਿਟ ਮਿਲਦੀ ਆ, ਜਦੋਂ ਕੈਪਟਨ ਸਾਹਿਬ ਕਹਿ ਰਹੇ ਸੀ ਮੈਂ 12 ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ, ਨੌਕਰੀ ਸ਼ਾਇਦ 12 ਬੱਚਿਆਂ ਨੂੰ ਨਹੀਂ ਦਿੱਤੀ, ਜਦੋਂ ਕੈਪਟਨ ਸਾਹਿਬ ਕਹਿੰਦੇ ਸੀ ਪੰਜਾਬ ਸ਼ਾਂਤ ਆ ਔਰ ਪੰਜਾਬ ਵਿੱਚ ਬਹੁਤ ਵਧੀਆ ਮਾਹੌਲ ਆ, ਅਤੇ ਜਦੋਂ ਕਿ ਪੰਜਾਬ ਵਿੱਚ ਮਤਲਬ ਪ੍ਰਾਪਤੀਆਂ ਡਕੈਤੀਆਂ ਜੋ ਕਬਜ਼ੇਬਾਜ਼ੀ ਦਾ ਦੌਰ ਚੱਲ ਰਿਹਾ ਉਹ ਜੱਗ ਜ਼ਾਹਰ ਆ। ਸੋ ਇਸ ਕਿਸਮ ਦਾ ਝੂਠ ਦਿੱਲੀ ਵਿੱਚ ਸ਼ਰੇਆਮ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਮਾਰ ਰਹੇ ਸੀ, ਦੂਜੇ ਪਾਸੇ ਕੇਜਰੀਵਾਲ ਸਾਹਿਬ ਹੱਥਾਂ ਦੇ ਸਰੋਂ ਜਮਾ ਰਹੇ ਸੀ। ਉਹ ਮਤਲਬ ਹੁਣ 20 ਲੀਟਰ ਪਾਣੀ ਮੁਫਤ ਦੇਣ ਦੇ ਗੱਲਾਂ ਕਰਕੇ ਵੀ 20 ਲੀਟਰ ਤਾਂ ਹੁਣ ਮੇਰੇ ਵਰਗੇ ਬੰਦੇ ਦੇ ਕੇਸ ਹੀ ਨਹੀਂ ਧੋਏ ਜਾਂਦੇ, ਅਤੇ ਫਿਰ ਜਿਹੜਾ ਪਾਣੀ ਦੇ ਰਹੇ ਨੇ ਉਹ ਜਿਹੜਾ ਸਪਲਾਈ ਕਰ ਰਹੇ ਨੇ ਉਹ ਪਾਣੀ ਗੰਦਾ ਔਰ ਸਿਹਤ ਲਈ ਹਾਨੀਕਾਰਕ ਆ ਔਰ ਬਿਮਾਰੀ ਫੈਲੀ ਹੋਈ ਆ। ਮਤਲਬ ਇਸੇ ਤਰ੍ਹਾਂ ਜੋ ਕੋਈ ਸਕੂਲ ਵੀ ਬਣਾਏ ਉਹ ਵੀ 2-4 ਸਕੂਲ ਬਣਾ ਕੇ ਉਹਨਾਂ ਨੂੰ ਦਿਖਾ ਕੇ, ਜਾਂ ਜੇ ਕੋਈ ਚੀਜ਼ ਕੋਈ 4 ਮੈਡੀਕਲ ਹੋਸਪਿਟਲ ਅੱਛੇ ਬਣਾ ਤੇ, ਮਤਲਬ ਬਹੁਤ ਛੋਟੀ ਜਗ੍ਹਾ ਦੇ ਵਿੱਚ ਉਹਨੂੰ ਵੱਡਾ ਬਣਾ ਕੇ ਫੁੱਟ ਕਰਦੇ ਨੇ, ਉਹਦੇ ਨਾਲ ਮੈਂ ਸਮਝਦਾ ਦਿੱਲੀ ਦੇ ਲੋਕਾਂ ਨੂੰ ਅਸਲੀਅਤ ਦਾ ਪਤਾ। ਅਤੇ ਇਹਨਾਂ ਦੀ ਦੋਹਾਂ ਦੀ ਮਤਲਬ ਗੱਪਾਂ ਦੀ ਲੜਾਈ ਜਿਹੜੀ ਆ ਉਹ ਬੜੀ ਦਿਲਚਸਪ ਬਣੀ ਖੜੀ ਸੀ, ਇਸੇ ਕਰਕੇ ਕੈਪਟਨ ਸਾਹਿਬ ਨੂੰ ਪ੍ਰਚਾਰ ਵਿੱਚ ਛੱਡ ਕੇ ਆਉਣਾ ਪਿਆ।